बच्चे जमीन पर बैठे, फर्नीचर नहीं सी, ये हकीकत सी। तो मैं जो स्कूल आया सी तो बच्चों की कॉन्फिडेंस बहुत लो सी, सिर्फ आइल्स की गल कर रही थी। अज इस बच्ची ने घट्टो घट 2-2.5 मिनट CM साहब के सामने फ्लुएंट इंग्लिश गल की है। बाकियों का पता नहीं, बट स्कूल ऑफ एमिनेंस एक बहुत अच्छा प्रोजेक्ट है और मुझे लगता है जो ये हमारी पंजाब गवर्नमेंट ने प्रोजेक्ट स्टार्ट किया ये जरूर सक्सेसफुल होगा 100%। मैं प्राइवेट स्कूल तो आई हाँ, तुम सोच सकते हो साढ़ा 1.5 लाख रुपया दोहां का साल का जाना। प्राइवेट पढ़ते हाँ जी, प्राइवेट पढ़ते थे, 1.5 लाख रुपया साढ़े दोहां का जाना। अजय मैं 9th में है, साढ़ा कोई मतलब कि जिदा चंद्रयान से लैके गए थे, क्या सानू भी लैके जाओगे? पंजाब दे सरकारी स्कूलों दे विच पेरेंट्स टीचर मीटिंग करवाई गई। इसका मुख मकसद यही है कि बच्चों की परफॉर्मेंस किवें है ये पेरेंट्स नूं पता चल सके और पेरेंट्स की चाहते ने स्कूल दे इंफ्रास्ट्रक्चर नूं लैके ये टीचरां दे नाल गलबात जिहड़ी उह कीती गई। और इस मौके दे उत्ते सिक्ख्या मंत्री मेरे नाल ने और एक नंगल दे सरकारी स्कूल दे विच इस वेले क्लास दे विच बैठे हैं टीचर नाल इस वेले बहुत सारे स्टूडेंट मेरे नाल ने उन्हां नाल गलबात जिहड़ी करांगे नाल नाल सिक्ख्या मंत्री नाल करांगे। पहलां बच्चों को जाने ਕਿਵੇਂ ਹੋ? ਵਧੀਆ। ਕਿਹੜੀ ਕਲਾਸ ਚ ਪੜ੍ਹਦੇ ਹੋ? 9th ਐਸ ਸੀ। ਸਿੱਖਿਆ ਮੰਤਰੀ ਤੁਹਾਡੇ ਨਾਲ ਹੀ ਬੈਠੇ ਹੋਏ ਨੇ, ਕੋਈ ਸਵਾਲ ਹੈ ਜਿਹੜਾ ਤੁਸੀਂ ਇਹਨਾਂ ਨੂੰ ਪੁੱਛਣਾ ਚਾਹੋ ਕਿ ਮੰਤਰੀ ਸਾਹਿਬ ਇਹ ਸਕੂਲ ਚ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜਾਂ ਇਹ ਚੰਗਾ ਕੰਮ ਕਰ ਰਹੇ ਹੋ ਜਾਂ ਮਾੜਾ ਕੰਮ ਕਰ ਰਹੇ ਹੋ? ਜਦੋਂ ਮੈਂ ਸਕੂਲ ਵਿੱਚ ਆਈ ਸੀਗੀ ਮੈਨੂੰ ਮੰਤਰੀ ਸਾਹਿਬ ਤੁਸੀਂ ਸੁਣ ਸਕਦੇ ਹੋ ਬੱਚਿਆਂ ਦੇ ਸਵਾਲ। ਜਦੋਂ ਮੈਂ ਸਕੂਲ 'ਚ ਆਈ ਸੀਗੀ ਟਰਾਂਸਪੋਰਟ ਦੀ ਫੈਸਿਲਿਟੀ ਨਹੀਂ ਸੀਗੀ, ਮੈਂ ਤੁਹਾਨੂੰ ਝੂਠ ਨਹੀਂ ਕਹਿੰਦੀ, ਸੱਚ ਹੈ ਟਰਾਂਸਪੋਰਟ ਦੀ ਫੈਸਿਲਿਟੀ ਨਹੀਂ ਸੀ ਜਦ ਮੈਂ ਅਪ੍ਰੈਲ ਮਈ 'ਚ ਆਈ। ਪਰ ਮੈਨੂੰ ਬਹੁਤ ਤੰਗੀ ਆਉਂਦੀ ਸੀਗੀ, ਮੈਂ ਪ੍ਰਾਈਵੇਟ ਬੱਸ ਤੋਂ ਆਉਂਦੀ, 2500 ਰੁਪਏ ਦਾ ਮਹੀਨਾ ਮੇਰਾ ਲੱਗਦਾ ਸੀਗਾ ਔਰ ਮੇਰਾ ਬ੍ਰਦਰ ਵੀ ਹੈ ਅਤੇ 5000 ਸਾਡਾ ਜਾਂਦਾ ਸੀ। ਅਤੇ ਮੈਂ ਪ੍ਰਾਈਵੇਟ ਸਕੂਲ ਤੋਂ ਆਈ ਹਾਂ, ਤੁਸੀਂ ਸੋਚ ਸਕਦੇ ਹੋ ਸਾਡਾ 1.5 ਲੱਖ ਰੁਪਏ ਦੋਹਾਂ ਦਾ ਸਾਲ ਦਾ ਜਾਂਦਾ ਸੀ। ਪ੍ਰਾਈਵੇਟ ਪੜ੍ਹਦੇ ਸੀ? ਹਾਂਜੀ, ਪ੍ਰਾਈਵੇਟ ਪੜ੍ਹਦੀ ਸੀ ਅਤੇ 1.5 ਲੱਖ ਰੁਪਏ ਸਾਡੇ ਦੋਹਾਂ ਦਾ ਜਾਂਦਾ ਸੀਗਾ। ਪਰ ਲੇਕਿਨ ਹੁਣ ਸਾਡੀ ਸਰਕਾਰ ਨੇ ਕੋਈ ਸਵਾਲ ਪੁੱਛਣ ਲਈ ਛੱਡੇ ਹੀ ਨਹੀਂ ਇਹਨਾਂ ਨੇ, ਜੋ ਅਸੀਂ ਮਤਲਬ ਟਰਾਂਸਪੋਰਟ ਦੀ ਫੈਸਿਲਿਟੀ ਇਹ ਤਾਂ ਨਹੀਂ ਸਾਹਮਣੇ ਬੈਠੇ ਤਾਂ ਕਰਕੇ ਕਰ ਰਹੇ ਸੈਂਡ ਮੈਰੀ ਸਕੂਲ ਟਰਾਂਸਪੋਰਟ ਦੀ ਫੈਸਿਲਿਟੀ ਨਹੀਂ ਸੀਗੀ ਸਾਡੇ। ਕਿਹੜੇ ਸਵਾਲ ਨੇ ਹੁਣ? ਮੈਨੂੰ ਲੱਗਦਾ ਕਿ ਸਵਾਲਾਂ ਤੇ ਗੱਲ ਹੋਣੀ ਚਾਹੀਦੀ। ਬੱਸ ਬੱਸ ਲੱਗ ਗਈ, ਚੰਗਾ ਕਦਮ ਹੈ। ਫ੍ਰੀ ਬੱਸ ਹੈ, ਕੋਈ ਪੈਸੇ ਤਾਂ ਦੇਣੇ ਪੈਂਦੇ? ਨਹੀਂ, 240 ਫ੍ਰੀ ਨਾਲ ਦੇ 240 ਰੁਪਏ। ਤੁਹਾਡਾ ਕੋਈ ਸਵਾਲ ਹੈ ਜਿਹੜਾ ਤੁਸੀਂ ਸਿੱਖਿਆ ਮੰਤਰੀ ਨੂੰ ਪੁੱਛਣਾ ਚਾਹੋ? ਕਈ ਵਾਰ ਹੁੰਦਾ ਨਾ ਜਦੋਂ ਬੰਦਾ 10ਵੀਂ 12ਵੀਂ 'ਚ ਪੜ੍ਹਦਾ ਕਿ ਸਿੱਖਿਆ ਮੰਤਰੀ ਨੂੰ ਯਾਰ ਇਹ ਸਵਾਲ ਪੁੱਛਣਾ ਚਾਹੀਦਾ, ਇਹ ਬੜਾ ਜ਼ਰੂਰੀ ਹੈ। ਨਹੀਂ, ਇੱਦਾਂ ਦਾ ਕੋਈ ਕੁਐਸਚਨ ਨਹੀਂ ਮੇਰਾ ਹੈ। ਦੱਸੋ, ਹਜੇ ਮੈਂ 9th ਵਿੱਚ ਹਾਂ, ਸਾਡਾ ਕੋਈ ਮਤਲਬ ਕਿ ਜਿੱਦਾਂ ਚੰਦਰਯਾਨ 'ਤੇ ਲੈ ਕੇ ਗਏ ਸੀਗੇ, ਕਿਆ ਸਾਨੂੰ ਵੀ ਲੈ ਕੇ ਜਾਓਗੇ? ਚੰਦਰਯਾਨ 'ਤੇ ਕਹਿੰਦੇ ਤੁਸੀਂ ਇੱਕ ਤਾਂ ਦਿਖਾਤਾ, ਇਹਨਾਂ ਨੂੰ ਵੀ ਲੈ ਕੇ ਜਾਓ? ਡੈਫੀਨੇਟਲੀ, ਅਸੀਂ ਬਹੁਤ ਜਲਦੀ ਪੰਕਜ ਜੀ ਕੰਮ ਸ਼ੁਰੂ ਕਰ ਰਹੇ। ਦੇਖੋ, ਸਕੂਲ ਦੀ ਅਕੈਡਮਿਕ ਸਕਸੈਸ ਹੈ, ਇਨਫਰਾਸਟਰਕਚਰ ਇੱਕ ਚੀਜ਼ ਹੈ। ਤੁਸੀਂ ਦੇਖ ਰਹੇ ਹੋ ਇਸ ਵਕਤ, ਮੈਂ ਤੁਹਾਨੂੰ ਤਸਵੀਰ ਵੀ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਉਣਾ ਚਾਹੂੰਗਾ। ਆਹ ਇਸੀ ਸਕੂਲ ਦੀ ਤਸਵੀਰ ਹੈ ਜੇ ਤੁਹਾਡਾ, ਆਹ ਦੇਖ ਸਕਦੇ ਹੋ ਤੁਸੀਂ। ਇਹ ਪਹਿਲਾਂ ਸੀਗਾ? ਇਹ 2 ਸਾਲ ਪਹਿਲਾਂ ਸੀਗਾ। ਇਸ ਮੈਂ ਇੱਥੇ 29 ਸਤੰਬਰ 2022 ਨੂੰ ਮੈਂ ਇਸ ਸਕੂਲ ਦਾ ਦੌਰਾ ਕੀਤਾ ਸੀਗਾ। ਤੁਸੀਂ ਆਹ ਦੇਖ ਸਕਦੇ ਹੋ, ਇਸੀ ਸਕੂਲ ਦੀ ਹੈ। ਕਿਉਂਕਿ ਕੱਲ੍ਹ ਨੂੰ ਕੋਈ ਕਹਿਣਗੇ ਜੀ ਹਰ ਵਾਰੀ ਜਦੋਂ ਉੱਥੇ ਜਾ ਕੇ ਠੀਕ ਹੋ ਜਾਂਦਾ ਸਕੂਲ, ਉਹ ਕਹਿੰਦੇ ਤਾਂ ਅਸੀਂ ਕੀਤਾ। ਤਾਂ ਮੈਂ ਹੁਣ ਹਰ ਇੱਕ ਸਕੂਲ ਦੀ ਅਸੀਂ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਜਿਹੜੀ ਕਰਾ ਰਹੇ ਹਾਂ। ਆਹ ਬੱਚੇ ਜ਼ਮੀਨ 'ਤੇ ਬੈਠੇ, ਫਰਨੀਚਰ ਨਹੀਂ ਸੀ, ਇਹ ਹਕੀਕਤ ਸੀ। ਅਤੇ ਮੈਂ ਜਦੋਂ ਸਕੂਲ 'ਚ ਆਇਆ ਸੀ ਤਾਂ ਬੱਚਿਆਂ ਦੀ ਕੌਨਫੀਡੈਂਸ ਬਹੁਤ ਲੋ ਸੀ, ਸਿਰਫ ਆਇਲਟਸ ਦੀ ਗੱਲ ਕਰ ਰਹੀ ਸੀ। ਅੱਜ ਇਸ ਬੱਚੀ ਨੇ ਘੱਟੋ ਘੱਟ 2-2.5 ਮਿੰਟ CM ਸਾਹਿਬ ਦੇ ਸਾਹਮਣੇ ਫਲੂਐਂਟ ਇੰਗਲਿਸ਼ 'ਚ ਗੱਲ ਕੀਤੀ ਹੈ। ਅਤੇ ਜਿਸ ਸਕੂਲ ਦੀ ਜ਼ਿਕਰ ਕਰ ਰਹੀ ਹੈ, ਕਿਉਂਕਿ ਮੇਰਾ ਵਿਧਾਨ ਸਭਾ ਹਲਕਾ, ਮੈਨੂੰ ਪਤਾ ਉਹ ਇਲਾਕੇ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਨਾਮੀ ਪ੍ਰਾਈਵੇਟ ਸਕੂਲ ਹੈ, ਜਿੱਥੇ ਲਈ ਜਾਣੀ ਮੈਨੂੰ ਹਰ ਵਾਰੀ ਸਿਫਾਰਿਸ਼ਾਂ ਆਉਂਦੇ ਹੈ। ਅਸੀਂ ਸਕੂਲ ਆਫ ਫੈਮੀਨੈਂਸ ਇੰਫਰਾਸਟਰਕਚਰ ਠੀਕ ਕੀਤਾ, ਹਜੇ ਸਕੂਲ 'ਚ ਸਿਰਫ 1.25 ਕਰੋੜ ਲੱਗਿਆ, ਯਾਨੀ ਕੰਮ ਚੱਲ ਰਿਹਾ। 3.5 ਕਰੋੜ ਦਾ ਟੋਟਲ ਪ੍ਰੋਜੈਕਟ ਹੈ, ਤਾਂ ਸਾਰਾ ਬਲੋਕ ਨਵੀਂ ਟ੍ਰਿਪਲ ਸਟੋਰੀ ਸਾਹਮਣੇ ਬਣਨੀ ਹੈ। ਇਸ ਤੋਂ ਇਲਾਵਾ ਇੱਕ ਜਿਹੜਾ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਹੁੰਦਾ ਉਹ ਹੈ ਕਿ ਤੁਸੀਂ ਆਪਣਾ ਡ੍ਰੀਮ ਬੱਚਿਆਂ ਨੂੰ ਐਕਸਪੋਜ਼ਰ ਦਿਓ। ਤਾਂ ਅਸੀਂ ਲਿਵ ਯੋਰ ਡ੍ਰੀਮ ਇੱਕ ਜਿਹੜਾ ਲੈ ਕੇ ਆ ਰਹੇ ਹਾਂ, ਉਹਦੇ 'ਚ ਕੀ ਹੈ? ਹੁਣ ਇਹ ਬੱਚੀ ਕਹਿੰਦੀ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ, ਤਾਂ ਇਹਨੂੰ ਅਸੀਂ ਟੀਚਰਸ ਇੱਥੇ ਬਾਇਓ ਪੜ੍ਹਾ ਰਹੇ ਹਾਂ, ਫਿਜ਼ਿਕਸ ਕੈਮਿਸਟਰੀ ਸਭ ਉਹ ਤਾਂ ਠੀਕ ਹੈ, ਨੀਟ ਦੀ ਕੋਚਿੰਗ ਹੈ, ਬਟ ਰੀਅਲ ਲਾਈਫ ਕਿਵੇਂ? ਤਾਂ ਅਸੀਂ ਇਹਨਾਂ ਬੱਚਿਆਂ ਨੂੰ ਇੱਕ ਦਿਨ ਚਾਹੇ ਇੱਥੇ ਦੇ ਜਾਂ ਬੈਸਟ ਜਿਹੜੇ ਜਿਵੇਂ PGI ਦੇ ਵਿੱਚ ਜਾਂ ਏਮਸ ਦੇ ਵਿੱਚ ਉੱਥੇ ਦਿਖਾਵਾਂਗੇ ਕਿ ਤੁਸੀਂ ਡਾਕਟਰ ਦੇ ਨਾਲ ਇੱਕ ਦਿਨ ਸਪੈਂਡ ਕਰੋ। ਕੋਈ ਬੱਚਾ ਕਹਿੰਦਾ ਕਿ ਮੈਂ UPSC ਕਲੀਅਰ ਕਰਨਾ, ਤਾਂ ਇੱਕ ਇੱਕ ਦਿਨ ਹੁੰਦਾ IAS IPS ਨਾਲ। ਬੱਚਾ ਕਹਿੰਦਾ ਮੈਂ NDA 'ਚ ਜਾਣਾ, ਉਹਨੂੰ ਪਤਾ ਹੀ ਨਹੀਂ ਹੁੰਦਾ NDA ਦਾ ਪੇਪਰ, ਤਾਂ ਉਹਨਾਂ ਨੂੰ ਕੈਂਟੋਨਮੈਂਟਸ ਦੇ ਵਿੱਚ, ਇੰਜੀਨੀਅਰ ਵਾਲਿਆਂ ਨੂੰ IIT ਦੇ ਵਿੱਚ, ਤਾਂ ਕਿ ਉਹ ਆਪਣਾ ਜੀਵਨ ਆਪਣਾ ਚੰਦਰਯਾਨ ਵੀ ਜਾਣਾ ਚਾਹ ਰਹੀ। ਪੁੱਛ ਰਹੀ ਕਹਿੰਦੀ ਕਿਵੇਂ, ਕੀ ਕ੍ਰਾਈਟੀਰੀਆ ਕੀ ਹੈ? ਜਿਹੜੇ ਜਦੋਂ ਵੀ ਮੇਜਰ ਸੈਟੇਲਾਈਟ ਲਾਂਚ ਹੁੰਦੇ ਆ, ਅਸੀਂ ਆਪਣੇ ਬੱਚਿਆਂ ਨੂੰ ਉੱਥੇ ਭੇਜਦੇ ਹਾਂ ਜਦੋਂ ਵੀ ਮੇਜਰ। ਪੇਰੈਂਟਸ ਵੀ ਬੈਠੇ ਆ, ਤੁਹਾਡਾ ਕੋਈ ਸਵਾਲ ਹੈ ਮੰਤਰੀ ਸਾਹਿਬ ਨੂੰ ਕਿ ਬੱਚਿਆਂ ਨੂੰ ਲੈ ਕੇ, ਸਕੂਲ ਨੂੰ ਲੈ ਕੇ, ਇਨਫਰਾਸਟਰਕਚਰ ਨੂੰ ਲੈ ਕੇ? ਮੰਤਰੀ ਸਾਹਿਬ ਸਾਹਮਣੇ ਬੈਠੇ, ਦੱਸੋ ਕੀ ਸਵਾਲ ਹੈ ਤੁਹਾਡਾ? ਸਰ ਮੇਰਾ ਸਵਾਲ ਕੋਈ ਨਹੀਂ ਹੈ ਸਰ,
स्टूडेंट्स बैठे है, पेरेंट्स बैठे है और खुद सिक्ख्या मंत्री पंजाब साडे विचकार बैठे हैं, साडे वास्ते बहुत माण और बहुत वड्डी गल है। कई बार सवाल हुंदा है कि यार जदों आपां अमूमन घरां च कह दीदा कि सानू सिक्ख्या मंत्री मिलिया असीं उहनूं इह चीज़ पुछांगे। सर मैं बेटी ने भी गल कीती है ट्रांसपोर्टेशन दी, मेरा खुद पहला 4-5 हज़ार रुपया पहला महीना किराया जांदा सी और अज 240 रुपया महीना जिहड़ा किराया जा रहा है पेरेंट्स का और उही पैसा मैं बच्चों की सेविंग कर रहा है। सो सर कहने तो भाव यह है कि बहुत वड्डा उपराला है मुख्यमंत्री पंजाब। मदर नूं पुछ लैणा तुहाडा कोई सवाल है, क्योंकि अमूमन कुड़ियां दी सुरक्षा नूं लैके कई बार सवाल हुंदा या कई बार हुंदा कि यार साडे कोल होर पैसे हुंदे असीं होर महंगे स्कूल पाउंदे, सरकारी तां कई बार मजबूरी च पाउणा पैंदा वा, तुहाडा की सवाल है? नहीं मैं खुद पहले अपने बच्चे डीएवी स्कूल च पाए सीगे पर मेरी बहुत वड्डी गलती सीगी क्योंकि इधर मतलब सरकारी स्कूल सब कुछ मिल रहा है, फैसिलिटी सब मिल रही हैगी पर कोई इहदे नहीं सामने बैठे मंत्री साहब तां तारीफ कर रहे। नहीं 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 कोई ऐसी गल नहीं है जी। कुछ होर किसी बच्चे का कोई भी सवाल हो तो की सवाल? सर मेरा क्वेश्चन यह है जिदा फर्स्ट ऑफ ऑल मैं थैंक्स टू पंजाब गवर्नमेंट जिन्होंने सानू बहुत सारिया कोचिंग दिखाई। सर सानू कोचिंग तुसी दे रहे हो सर, क्या सानू ऑफलाइन मिल सकते हैं जिवें ऑनलाइन दे रहे हो? ऑफलाइन कोचिंग दी गल कर रहे हैं विच ना असीं हुण देखो कोचिंग दे विच सानू बेस्ट ट्यूटर्स चाहिए ने, जिहड़े बेस्ट कोचिज ने वड्डे शहरां च ने, दिल्ली च है, कोटा च है, लुधियाणे है, जलंधर है, मोहाली है। असीं उहदे लई हुण की कर रहे हैं कि वैसे है कि असीं हर स्कूल दे विच सारे स्कूल ऑफ फेमिनेंस से मेरिटोरियस स्कूलों दे विच दो दो तीन तीन क्लासरूम्स तैयार करवा रहे हैं जो वर्चुअल रूम्स होंगे। भाव यह है कि बच्चा इत्थे बैठा है तो टीचर उस दा कोटा बैठा होवे या दिल्ली बैठा होवे या बैंगलोर बैठा होवे पर उन्होंने बच्चों को ऐ लगो कि टीचर साढ़े विच है। किन्ने स्कूलों प्रोजेक्ट लगे जो 10 करोड़ दा प्रोजेक्ट है हर स्कूल ऑफ फेमिनेंस से मेरिटोरियस स्कूलों के विच है बिकॉज असी चाहते हैं उन्होंने बेस्ट कोच बिकॉज नीट का एग्जाम आसान नहीं है। क्लैट ये अगर वर्चुअल लेके आते हैं फिर थोड़ी ठीक है संतुष्टि है बेस्ट है। कोई सवाल होर किसी का? क्योंकि हूं तो सिक्ख्या मंत्री बैठे ने, कोई है सवाल किसी का? कोई टीचर पिछे बैठे है उन्होंने, तुसी टीचर हो पेरेंट्स, तुहाडा किसी का कोई सवाल है जेड़ा पूछना चाहो? हाँ जी। सारी एक्सपेक्टेशंस सर, मैं एक प्राइवेट स्कूल से आई हूँ माउंट कार्मल स्कूल से। सर मैंने जब डिसाइड किया कि मैं बहुत क्यूरियस थी कि मैं इस स्कूल में आऊंगी। पंजाबी बोल रहे थे? हिंदी बोल रहे सर। तो फिर मैंने जब मैं यहाँ आई तो यहाँ का सिनेरियो बहुत अलग था जो हमारे दिमाग में कि गवर्नमेंट स्कूल अच्छे नहीं होते। सर बाकियों को पता नहीं बट स्कूल ऑफ एमिनेंस एक बहुत अच्छा प्रोजेक्ट है और मुझे लगता है जो ये हमारे पंजाब गवर्नमेंट ने प्रोजेक्ट स्टार्ट किया ये जरूर सक्सेसफुल होगा, 100% सक्सेस। और किसी पेरेंट्स का कोई है सवाल है किसी का कोई पूछना चाहता हो? इस वे सिक्ख्या मंत्री सामने बैठे ने या मैं ही पूछा इन्हों या इधर भी मुंडे बैठे है? ਤੁਸੀਂ ਅਮੂਮਨ ਕਈ ਵਾਰ ਕਹਿੰਦੇ ਕਿ ਜਦੋਂ ਕੰਧ ਟੁੱਟੀ ਹੁੰਦੀ ਬੰਕ ਮਾਰ ਕੇ ਨਿਕਲ ਜਾਂਦੇ ਹੋ, ਹੁਣ ਬੰਕ ਵੱਜਦਾ ਹੈ ਨਹੀਂ ਵੱਜਦਾ? ਪਹਿਲਾਂ ਮਾਰਦੇ ਸੀ? ਨਹੀਂ ਅਸੀਂ ਤਾਂ ਹੁਣੇ ਆਏ ਸੀ ਸਰ। ਪਹਿਲਾਂ ਮਾਰਦੇ ਸੀ ਬੰਕ ਕੋਈ? ਤੇ ਕੀ ਤੁਸੀਂ ਕੀ ਚਾਹੁੰਦੇ ਹੋ ਸਿੱਖਿਆ ਮੰਤਰੀ ਤੋਂ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ? ਵੈਸੇ ਕਿ ਉੱਧਰ ਸਿਕਿਉਰਿਟੀ ਵੀ ਸਕੂਲ ਦੀ ਬਹੁਤ ਵਧੀਆ ਹੈ ਕਿ ਹੁਣ ਨਿਆਣੇ ਘੱਟ ਬੰਕ ਬੁੰਕ ਮਾਰਦੇ ਆ ਬਟ ਕਈ ਵਾਰੀ ਫੜੇ ਜਾਂਦੇ ਨੇ। ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਸਕੂਲ ਚ ਕੀ ਹੋਣਾ ਚਾਹੀਦਾ? ਕਿ ਨਿਆਣਿਆਂ ਨੂੰ ਵੀ ਸਮਝਣਾ ਚਾਹੀਦਾ, ਵੈਸੇ ਤਾਂ ਸਕੂਲ ਤਾਂ ਆਪਣੇ ਵੱਲ ਦੀ ਪੂਰੀ ਕਰਦੇ ਕਿ ਸਕੂਲ ਦੇ ਵੱਲ ਦੀ ਤਾਂ ਕੋਈ ਇਸ਼ੂ ਨਹੀਂ ਕਿ ਹੁਣ ਤਾਂ ਆਪਣੀ ਵੱਲ ਦੀ ਪੂਰੀ ਕਰ ਰਹੇ ਕਿ ਬੱਚੇ ਨਾ ਇੱਦਾਂ ਕਰਨ, ਬੱਚੇ ਹੁਣ ਆਪਣੇ ਕਰਦੇ ਤੇ ਉਹ ਕਰਦੇ। ਇੱਕ ਸਵਾਲ ਮੈਂ ਜਦੋਂ ਇੱਥੇ ਸਕੂਲ ਘੁੰਮ ਰਿਹਾ ਸੀ ਕੁਛ ਕਹਿੰਦੇ ਸਟਾਫ ਨੂੰ ਲੈ ਕੇ ਕਹਿ ਰਹੇ ਸੀ ਕਿ ਹੁਣ ਸਾਹਮਣੇ ਤਾਂ ਨਹੀਂ ਕਹਿ ਰਹੇ, ਕਹਿੰਦੇ ਸੀ ਸਟਾਫ ਕੀ ਵਧਾ ਸਕਦੇ ਹੋ ਹੋਰ ਸਟਾਫ ਲਿਆ ਸਕਦੇ ਹੋ, ਇਸ ਗੱਲ ਨੂੰ ਲੈ ਕੇ ਤੁਸੀਂ ਵੀ ਕਿਹਾ ਸੀਗਾ? ਦੇਖੋ ਲਗਾਤਾਰ ਪ੍ਰਮੋਸ਼ਨਸ ਦਾ ਦੌਰ ਚੱਲ ਰਿਹਾ, ਨਵੀਂ ਰਿਕਰੂਟਮੈਂਟਸ ਵੀ ਚੱਲ ਰਹੀਆਂ, ਅੱਗੇ ਨਾਲੋਂ ਬਹੁਤ ਫਰਕ ਆਇਆ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ। ਹਜੇ ਵੀ ਅਸੀਂ 80% ਦੇ ਉੱਤੇ ਹਾਂ, ਪਹਿਲਾਂ ਤਾਂ 60% ਸੀਗਾ, ਨਾਓ ਵੀ ਆਰ ਐਟ 80%। ਤਾਂ ਇਹਦੇ ਵਿੱਚ ਰੈਗੂਲਰ ਪ੍ਰਮੋਸ਼ਨਸ ਕਰ ਅਤੇ ਨਵੀਂ ਭਰਤੀ ਕਰ ਅਸੀਂ 100% ਸਕੂਲ ਆਫ ਹੁਣ ਇਸ ਵਕਤ ਸਕੂਲ ਆਫ ਐਮੀਨੈਂਸ ਦੇ ਵਿੱਚ 90% ਆਫ ਟੀਚਰਸ ਹੈ ਅਤੇ ਜਿਵੇਂ ਜਿਵੇਂ ਨਵੀਂ ਭਰਤੀ ਆਊਗੀ ਸਾਰੇ ਪਹਿਲਾਂ ਹੁਣ ਅਸੀਂ ਰੂਲ ਬਣਾ ਦਿੱਤਾ ਜਿਹੜੀ ਵੀ ਨਵੀਂ ਭਰਤੀ ਆਊਗੀ ਜਿਹੜੀ ਵੀ ਪ੍ਰਮੋਸ਼ਨਸ ਹੋਣਗੀਆਂ ਪਹਿਲਾਂ ਸਾਡੀ ਡਾਈਟਸ ਜਿੱਥੋਂ ਟੀਚਰਸ ਨੂੰ ਟ੍ਰੇਨਿੰਗ ਮਿਲਣੀ ਹੈ, ਉਸ ਤੋਂ ਬਾਅਦ ਸਾਡੇ ਸਕੂਲਸ ਆਫ ਐਮੀਨੈਂਸ ਮੈਰੀਟੋਰੀਅਲ ਸਕੂਲਸ, ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਹੈ ਜਿਵੇਂ ਜਿਵੇਂ ਬੱਚਿਆਂ ਦੀ ਤਾਦਾਦ ਹੈ ਜਿਹੜੇ ਪਹਿਲਾਂ 500 ਤੋਂ ਵੱਧ ਸਕੂਲ ਭਰੇ ਜਾਣ ਫਿਰ 350 ਤੋਂ ਵੱਧ ਫਿਰ 200 ਤਾਂ ਕਿ ਜਿੱਥੇ ਬੱਚੇ ਜਿੱਥੇ ਲੋੜ ਹੈ ਟੀਚਰਸ ਦੀ ਉੱਥੇ ਵੱਧ ਤੋਂ ਵੱਧ ਟੀਚਰਸ ਜਾਣ, ਇਹ ਪੋਲਿਸੀ ਹੈ। ਦੂਸਰਾ ਵੀ ਕਿਉਂਕਿ ਪ੍ਰਾਈਵੇਟ ਸਕੂਲਾਂ ਦਾ ਬੜਾ ਜ਼ਿਕਰ ਹੁੰਦਾ ਹੈ ਕਿ ਪ੍ਰਾਈਵੇਟ ਸਕੂਲ ਹੁਣ ਕੁਛ ਇੱਥੇ ਬੱਚੇ ਕਹਿ ਰਹੇ ਕਿ ਅਸੀਂ ਪ੍ਰਾਈਵੇਟ ਸਕੂਲ ਛੱਡ ਕੇ ਆ ਗਏ ਹਾਂ ਸਰਕਾਰੀ ਆਏ ਕਿਉਂਕਿ ਬੱਸ ਦੀ ਸਰਵਿਸ ਵੀ ਮਿਲ ਰਹੀ ਹੈ ਔਰ ਇਨਫਰਾਸਟ੍ਰਕਚਰ ਵੀ ਮਿਲ ਗਿਆ। ਮੈਂ ਦੇਖੋ ਇਹ ਬੱਚਿਆਂ ਦੀ ਮੈਂ ਤਾਂ ਆਪ ਸੁਣ ਕੇ ਹੈਰਾਨ ਹਾਂ ਕਿ ਉਹਲੇ ਦੋਨੋਂ ਬਹੁਤ ਨਾਮੀ ਸਕੂਲ ਹੈ, ਮਾਊਂਟ ਕਾਰਮਲ ਹੋਵੇ, ਸੈਂਟ ਮੈਰੀ ਹੋਵੇ, ਬਹੁਤ ਨਾਮੀ ਸਕੂਲ ਹੈ। ਮੈਂ ਤੁਹਾਨੂੰ ਇੱਕ ਦਿਨ ਯਾਨੀ ਮੈਂ ਵੀ ਹੈਰਾਨ ਸੀ, ਬਹੁਤ ਸਿਫਾਰਿਸ਼ਾਂ ਆਉਂਦੀਆਂ ਸੀ
ਤਾਂ ਇੱਕ ਦਿਨ ਇਹਨਾਂ ਵਿੱਚੋਂ ਇੱਕ ਸਕੂਲ ਦਾ ਐਨੂਅਲ ਡੇ ਫੰਕਸ਼ਨ ਸੀਗਾ, ਪਹਿਲੇ ਹੁਣ ਸਾਰੇ ਲੋਕਲ ਮੈਂ ਇੱਥੋਂ ਦਾ MLA ਹਾਂ ਤਾਂ ਮੈਂ ਉੱਥੇ ਗਿਆ। ਜਦੋਂ ਮੈਂ ਸਕੂਲ 'ਚ ਜਾ ਕੇ ਦੇਖਿਆ ਉਹਨਾਂ ਦੇ ਫੰਕਸ਼ਨ ਦੇ ਵਿੱਚ, ਜਦੋਂ ਉਹਨਾਂ ਦੇ ਕਲਾਸਰੂਮਸ ਦੇਖੇ, ਯਕੀਨ ਮੰਨਿਓ ਮੈਂ ਲੱਗਿਆ ਕਿ ਸਾਡਾ ਈਵਨ ਐਜ਼ ਅ ਮਿਨਿਸਟਰ ਅਸੀਂ ਸਾਡਾ ਇਨਫਰਾਸਟਰਕਚਰ ਇਨ ਸਕੂਲਸ ਆਫ ਐਮੀਨੈਂਸ ਬਹੁਤ ਜ਼ਿਆਦਾ ਐਡਵਾਂਸ ਹੈ ਉਹਨਾਂ ਸਕੂਲਾਂ ਦੇ ਨਾਲੋਂ। ਉਹਨਾਂ ਸਕੂਲਾਂ ਨੇ ਸਿਰਫ ਅਤੇ ਸਿਰਫ ਇੱਕ ਹਾਈਪ ਕ੍ਰੀਏਟ ਕੀਤੀ ਹੋਈ ਸੀ। ਹੁਣ ਇਹ ਬੱਚੇ ਆ ਜਦੋਂ ਆ ਰਹੇ ਆ ਅਤੇ ਹਜੇ ਇੱਕਦਮ ਸਿਸਟਮ ਨਹੀਂ, ਕੇਵਲ ਹਜੇ ਵੀ ਲੋਕਾਂ ਨੂੰ ਲੱਗਦਾ ਸਰਕਾਰੀ ਸਕੂਲ ਦਾ ਮਤਲਬ ਕਿ ਟੀਚਰ ਬੈਠ ਕੇ ਸਵੈਟਰ ਹੀ ਬੁਣੀ ਜਾ ਰਹੇ ਹੋਣੇ ਆ। ਹਜੇ ਵੀ ਉਹ ਜਿਹੜਾ ਹੁਣ ਸਵੈਟਰ ਬੁਣਨ ਵਾਲਾ ਕੰਮ ਚੱਲਦਾ ਸਕੂਲਾਂ 'ਚ ਸਰਕਾਰੀ, ਇੱਥੇ ਕੋਈ ਟੀਚਰ ਹੈ ਕੋਈ ਸਵੈਟਰ ਤਾਂ ਨਹੀਂ ਬੁਣਦਾ ਜਾਂ ਕੇ ਪਿੰਡੋਂ ਮੱਖਣ ਲਿਆਓ, ਦੁੱਧ ਲਿਆਓ, ਲੱਸੀ ਲਿਆਓ? ਇਸੇ ਸਕੂਲ ਹੈ ਜਾਂ ਜਿਵੇਂ ਹੁਣ ਤੁਹਾਡੇ ਸਾਥੀ ਕਿਸੇ ਹੋਰ ਸਰਕਾਰੀ ਸਕੂਲ ਵੀ ਪੜ੍ਹਦੇ ਹੋਣੇ, ਉੱਥੇ ਵੀ ਇੱਦਾਂ ਦਾ ਮਾਹੌਲ ਹੈ ਜਾਂ ਇੱਥੇ ਹੀ ਹੈ? ਸਰ ਸਾਰੇ ਸਕੂਲਾਂ ਵਿੱਚ ਸਾਰੇ ਟੀਚਰ ਬਹੁਤ ਮਿਹਨਤੀ ਨੇ। ਜਦੋਂ ਦੀ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਉਦੋਂ ਦਾ ਸਰਕਾਰੀ ਸਕੂਲਾਂ ਵਿੱਚ ਕਾਫੀ ਸਵੈਟਰ ਬੁਣਨ ਵਾਲਾ ਕਲਚਰ ਖਤਮ ਹੋ ਗਿਆ। ਮੈਂ ਦੇਖੋ ਪੰਕਜ, ਮੈਂ ਇਹ ਤਾਂ ਨਹੀਂ ਕਹੂੰਗਾ ਕਿ ਬਿਲਕੁਲ ਠੀਕ ਹੋ ਗਿਆ, ਬਟ ਮੱਚ ਬੈਟਰ ਹੋਇਆ। ਕਦੀ ਕਿਸੇ ਸਕੂਲ 'ਚ ਹੁੰਦਾ ਜਦੋਂ ਮੈਂ ਜਾਂਦਾ ਤਾਂ ਮੇਰਾ ਮਕਸਦ ਰੇਡ ਕਰਨਾ ਨਹੀਂ ਹੁੰਦਾ। ਕਈ ਵਾਰੀ ਹੋਇਆ ਕਿ ਕਿਸੇ ਪਿੰਡ ਦਾ, ਖਾਸ ਕਰਕੇ ਜਿਹੜੇ ਅੰਦਰ ਸਕੂਲ ਆ ਪਿੰਡਾਂ ਦੇ ਵਿੱਚ, ਉੱਥੇ ਜਾ ਕੇ ਦੇਖਿਆ ਟੀਚਰ ਚਾਹ ਪੀ ਰਹੇ ਆ ਅਤੇ ਪੀਰੀਅਡ ਦਾ ਟਾਈਮ ਹੈ, ਤਾਂ ਬਹੁਤ ਵਾਰੀ ਹੋਇਆ ਫਿਰ ਉਹਨਾਂ ਖਿਲਾਫ ਐਕਸ਼ਨ ਵੀ ਲਈਦਾ ਅਤੇ ਉਹਨਾਂ ਨੂੰ ਮੋਟੀਵੇਟ ਵੀ ਕਰੀਦਾ। ਪਰ ਮੈਜੋਰਿਟੀ ਆਫ ਦਾ ਟੀਚਰਸ ਬਹੁਤ ਚੰਗੇ ਨੇ। ਹੁਣ ਤੱਕ ਉਹਨਾਂ ਨੂੰ ਸਿਰਫ ਇੱਕ ਅਲੱਗ ਛਵੀ ਦਿਖਾਈ ਗਈ ਸੀ। ਹੁੰਦਾ ਕੀ ਹੈ ਕਿ ਨੈਗੇਟਿਵ ਖਬਰਾਂ ਬਹੁਤ ਜਲਦੀ ਆਉਂਦੀਆਂ ਨੇ। ਕਿਸੇ ਟੀਚਰ ਨੇ ਕਿਸੇ ਬੱਚੇ ਨੂੰ ਮਾਰਤਾ, ਉਹਦੇ ਥੱਪੜ, ਉਹਦੀ ਵੀਡੀਓ ਮਿੰਟਾਂ ਦੇ ਵਿੱਚ ਮਿਲੀਅਨ ਵਿਊਜ਼ ਪਹੁੰਚ ਜਾਣਗੇ। ਪੋਜ਼ੀਟਿਵ ਖਬਰਾਂ ਬਹੁਤ ਘੱਟ ਆਉਂਦੀਆਂ ਨੇ। ਹੁਣ ਇਹ ਬੱਚੇ ਅੱਜ ਨਹੀਂ, ਤੁਸੀਂ ਫਿਰ ਕਦੀ ਵੀ ਆ ਕੇ ਇਹਨਾਂ ਨਾਲ ਗੱਲ ਕਰ ਸਕੋ। ਨਾਲ ਹੀ ਇੱਥੋਂ 200-300 ਮੀਟਰ 'ਤੇ ਗਰਲਸ ਸਕੂਲ ਹੈ, ਸਰਕਾਰੀ ਕੁੜੀਆਂ ਦਾ ਸਕੂਲ ਹੈ, ਉੱਥੇ ਜਾ ਕੇ ਬੱਚਿਆਂ ਨਾਲ ਗੱਲ ਕਰ ਲਓ। ਤੁਸੀਂ ਵਾਪਸ ਜਾਓਗੇ, ਕੀਰਤਪੁਰ ਸਾਹਿਬ ਦਾ ਸਕੂਲ ਦੇਖ ਲਓ, ਅਨੰਦਪੁਰ ਸਾਹਿਬ ਦਾ ਸਕੂਲ ਦੇਖ ਲਓ, ਕਿਤੇ ਜਾ ਕੇ ਤੁਸੀਂ ਬੱਚਿਆਂ ਨਾਲ ਗੱਲ ਕਰੋਗੇ, ਚੇਂਜ ਆਇਆ। ਅਤੇ ਸਭ ਤੋਂ ਵੱਡੀ ਖੁਸ਼ੀ ਇਹ ਗੱਲ ਹੈ ਕਿ ਇਸ ਗੱਲ ਦੀ ਹੈ, ਮੈਂ 2 ਸਾਲ ਪਹਿਲਾਂ ਆਇਆ ਸੀ, ਬੱਚੇ ਗੱਲ ਕਰਦੇ ਸੀ ਆਇਲਟਸ ਦੀ ਕਿ ਅਸੀਂ ਤਾਂ ਆਇਲਟਸ ਕਰਾਂਗੇ। ਹੁਣ ਬੱਚੇ ਗੱਲ ਕਰ ਰਹੇ ਨੀਟ ਦੀ, ਕਲੈਟ ਦੀ। ਆਇਲਟਸ ਕਰਕੇ ਜਾਣਾ ਕਿਸੇ ਨੇ ਬਾਹਰ, ਕੈਨੇਡਾ, ਅਮਰੀਕਾ ਜਾਣਾ ਕਿਸੇ ਨੇ? ਸਰ ਪਹਿਲਾਂ ਮੇਰਾ ਥੋਟ ਸੀਗਾ ਕਿ ਮੈਂ ਫੋਰਨ ਕਰਨ ਜਾਵਾਂ, ਪਰ ਜਦੋਂ ਦਾ ਮੈਨੂੰ ਇੱਥੇ ਕੋਚਿੰਗਸ ਮਿਲੀਆਂ, ਮੈਂ ਹਾਲੇ ਮੈਨੂੰ AI ਜਾਣਾ ਕਿਸੇ ਨੇ ਆਇਲਟਸ ਕਰਕੇ ਜਾਣਾ ਕੀ ਬਣਨਾ ਕੀ? ਸਰ ਮੈਨੇ ਜੇ ਕਲੀਅਰ ਕਰਨੀ ਹੈ ਜੀ। ਤੁਸੀਂ? ਸਰ ਮੈਂ ਜੱਜ ਬਣਨਾ। ਤੁਸੀਂ? ਐਨਜੀ। ਤੁਸੀਂ? ਸਿਵਲ ਇੰਜੀਨੀਅਰ। ਠੀਕ ਹੈ। ਤਾਂ ਕਿਹੜਾ ਪਿੰਡ ਹੈ ਬੇਟਾ? ਇਹ ਇਸ ਵੇਲੇ ਮਾਹੌਲ ਹੈ ਸਰਕਾਰੀ ਸਕੂਲ ਦਾ, ਜਿੱਥੇ ਗੱਲਬਾਤ ਕਰ ਰਹੇ ਸੀ ਬੱਚਿਆਂ ਦੇ ਨਾਲ ਵੀ ਅਤੇ ਨਾਲ ਸਿੱਖਿਆ ਮੰਤਰੀ ਦੇ ਨਾਲ ਵੀ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਅੰਕਲ।